ਇਹਨਾਂ ਸੀਸੀਟੀਵੀ ਤਸਵੀਰਾਂ ਨੂੰ ਜ਼ਰਾ ਗੌਰ ਦੇ ਨਾਲ ਦੇਖੋ। ਇਹਨਾਂ ਤਸਵੀਰਾਂ ਦੇ ਵਿੱਚ ਆਪ ਐਮਐਲਏ ਦਾ ਲੜਕਾ ਨਜ਼ਰ ਆ ਰਿਹਾ, ਜਿਸ ਦੇ ਵੱਲੋਂ ਸ਼ਰੇਆਮ ਗੁੰਡਾਗਰਦੀ ਕੀਤੀ ਗਈ। ਪੈਟਰੋਲ ਪਵਾਉਣ ਨੂੰ ਲੈ ਕੇ ਪੰਪ ਦੇ ਕਰਿੰਦੇ ਕੁੱਟੇ ਗਏ। ਆਪਣੇ ਸਾਥੀਆਂ ਦੇ ਨਾਲ ਮਿਲ ਕੇ ਇਸ ਐਮਐਲਏ ਦੇ ਪੁੱਤਰ ਦੇ ਵੱਲੋਂ ਸਾਰੀਆਂ ਹੱਦਾਂ ਪਾਰ ਕੀਤੀਆਂ ਗਈਆਂ। ਦੱਸਦੇ ਕਿ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ। ਆਪਣੀ ਕਾਰ ਲਾਈਨ ਤੋੜ ਕੇ ਅੱਗੇ ਲਗਾ ਲਈ ਔਰ ਪੰਪ ਦੇ ਕਰਿੰਦਿਆਂ ਨੂੰ ਤੇਲ ਪਾਉਣ ਦੇ ਲਈ ਕਿਹਾ। ਜਦੋਂ ਉਹਨਾਂ ਨੇ ਮਨਾ ਕੀਤਾ ਤਾਂ ਪਹਿਲਾਂ ਬਹਿਸਬਾਜ਼ੀ ਹੋਈ, ਜਿਸ ਤੋਂ ਬਾਅਦ ਹੱਥੋਂ ਪਈ। ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਐਮਐਲਏ ਦਾ ਮੁੰਡਾ ਤੇ ਉਸਦੇ ਸਾਥੀ ਨੇ, ਜਿਨ੍ਹਾਂ ਨੇ ਪੈਟਰੋਲ ਪੰਪ ਤੇ ਸ਼ਰੇਆਮ ਹੁੜਦੰਗ ਮਚਾਇਆ। ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ। ਤਾਂ ਦੱਸ ਦਈਏ ਕਿ ਦੋ ਤਸਵੀਰਾਂ ਨੇ, ਇੱਕ ਦੇ ਵਿੱਚ ਐਮਐਲਏ ਦਾ ਮੁੰਡਾ ਔਰ ਦੂਜੀ ਦੇ ਵਿੱਚ ਖੁਦ ਐਮਐਲਏ ਇਸ ਘਟਨਾ ਤੋਂ ਬਾਅਦ ਪੰਪ ਦੇ ਦਫ਼ਤਰ ਪੁੱਜਾ, ਜਿਸ ਨੇ ਗੱਲਬਾਤ ਕਰਨੀ ਚਾਹੀ ਔਰ ਪੰਪ ਦੇ ਮਾਲਕ ਦੇ ਵੱਲੋਂ ਐਮਐਲਏ ਦੇ ਮੁੰਡੇ ਦੇ ਖਿਲਾਫ ਪਰਚਾ ਦਰਜ ਕਰਵਾ ਦਿੱਤਾ। ਤਾਂ ਦੱਸ ਦਈਏ ਕਿ ਦਿੱਲੀ ਦੇ ਆਪ ਐਮਐਲਏ ਅਮਾਨਤ ਉੱਲਾ ਖਾਨ ਦੇ ਪੁੱਤਰ ਦਾ ਕਾਰਨਾਮਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਇਆ। ਤਾਂ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਬਰੀਕੀ ਦੇ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਦਿੱਲੀ ਦੇ ਆਪ ਵਿਧਾਇਕ ਅਮਾਨਤ ਉੱਲਾ ਖਾਨ ਦਾ ਇਹ ਪੁੱਤਰ ਸੀ, ਜਿਸ ਦੇ ਵੱਲੋਂ ਤੇਲ ਪਵਾਉਣ ਨੂੰ ਲੈ ਕੇ ਸ਼ਰੇਆਮ ਇੱਥੇ ਗੁੰਡਾਗਰਦੀ ਕੀਤੀ ਗਈ। ਇਹਨਾਂ ਸੀਸੀਟੀਵੀ ਤਸਵੀਰਾਂ ਨੂੰ ਜ਼ਰਾ ਗੌਰ ਦੇ ਨਾਲ ਦੇਖੋ। ਇਹਨਾਂ ਤਸਵੀਰਾਂ ਦੇ ਵਿੱਚ ਆਪ ਐਮਐਲਏ ਦਾ ਲੜਕਾ ਨਜ਼ਰ ਆ ਰਿਹਾ, ਜਿਸ ਦੇ ਵੱਲੋਂ ਸ਼ਰੇਆਮ ਗੁੰਡਾਗਰਦੀ ਕੀਤੀ ਗਈ। ਪੈਟਰੋਲ ਪਵਾਉਣ ਨੂੰ ਲੈ ਕੇ ਪੰਪ ਦੇ ਕਰਿੰਦੇ ਕੁੱਟੇ ਗਏ। ਆਪਣੇ ਸਾਥੀਆਂ ਦੇ ਨਾਲ ਮਿਲ ਕੇ ਇਸ ਐਮਐਲਏ ਦੇ ਪੁੱਤਰ ਦੇ ਵੱਲੋਂ ਸਾਰੀਆਂ ਹੱਦਾਂ ਪਾਰ ਕੀਤੀਆਂ ਗਈਆਂ। ਦੱਸਦੇ ਕਿ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ। ਆਪਣੀ ਕਾਰ ਲਾਈਨ ਤੋੜ ਕੇ ਅੱਗੇ ਲਗਾ ਲਈ ਔਰ ਪੰਪ ਦੇ ਕਰਿੰਦਿਆਂ ਨੂੰ ਤੇਲ ਪਾਉਣ ਦੇ ਲਈ ਕਿਹਾ। ਜਦੋਂ ਉਹਨਾਂ ਨੇ ਮਨਾ ਕੀਤਾ ਤਾਂ ਪਹਿਲਾਂ ਬਹਿਸਬਾਜ਼ੀ ਹੋਈ, ਜਿਸ ਤੋਂ ਬਾਅਦ ਹੱਥੋਂ ਪਈ। ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਐਮਐਲਏ ਦਾ ਮੁੰਡਾ ਤੇ ਉਸਦੇ ਸਾਥੀ ਨੇ, ਜਿਨ੍ਹਾਂ ਨੇ ਪੈਟਰੋਲ ਪੰਪ ਤੇ ਸ਼ਰੇਆਮ ਹੁੜਦੰਗ ਮਚਾਇਆ। ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ। ਤਾਂ ਦੱਸ ਦਈਏ ਕਿ ਦੋ ਤਸਵੀਰਾਂ ਨੇ, ਇੱਕ ਦੇ ਵਿੱਚ ਐਮਐਲਏ ਦਾ ਮੁੰਡਾ ਔਰ ਦੂਜੀ ਦੇ ਵਿੱਚ ਖੁਦ ਐਮਐਲਏ ਇਸ ਘਟਨਾ ਤੋਂ ਬਾਅਦ ਪੰਪ ਦੇ ਦਫ਼ਤਰ ਪੁੱਜਾ, ਜਿਸ ਨੇ ਗੱਲਬਾਤ ਕਰਨੀ ਚਾਹੀ ਔਰ ਪੰਪ ਦੇ ਮਾਲਕ ਦੇ ਵੱਲੋਂ ਐਮਐਲਏ ਦੇ ਮੁੰਡੇ ਦੇ ਖਿਲਾਫ ਪਰਚਾ ਦਰਜ ਕਰਵਾ ਦਿੱਤਾ। ਤਾਂ ਦੱਸ ਦਈਏ ਕਿ ਦਿੱਲੀ ਦੇ ਆਪ ਐਮਐਲਏ ਅਮਾਨਤ ਉੱਲਾ ਖਾਨ ਦੇ ਪੁੱਤਰ ਦਾ ਕਾਰਨਾਮਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਇਆ। ਤਾਂ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਬਰੀਕੀ ਦੇ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਦਿੱਲੀ ਦੇ ਆਪ ਵਿਧਾਇਕ ਅਮਾਨਤ ਉੱਲਾ ਖਾਨ ਦਾ ਇਹ ਪੁੱਤਰ ਸੀ, ਜਿਸ ਦੇ ਵੱਲੋਂ ਤੇਲ ਪਵਾਉਣ ਨੂੰ ਲੈ ਕੇ ਸ਼ਰੇਆਮ ਇੱਥੇ ਗੁੰਡਾਗਰਦੀ ਕੀਤੀ ਗਈ।